24 ਮਾਡਲ ਪਹਿਲੇ ਨਾਂ ਦੀ ਕਾਰ 2.5 ਤੋਂ 3.5 ਲੱਖ ਰੁਪਏ ਦਾ ਫਾਇਦਾ ਕਰਦਾ, 3 ਲੱਖ ਰੁਪਏ ਦਾ ਫਾਇਦਾ ਕਰ ਦੇਣਾ, 70 ਤੋਂ 80 ਤੇ 6 ਲੱਖ ਰੁਪਏ ਦਾ ਲੋਨ ਕਰਾ ਕੇ ਦੇਣਾ। ਡਾਊਨ ਪੇਮੈਂਟ ਕਿੰਨੀ ਦੇਣੀ ਹੈ? ਸਿਰਫ 25,000 ਡਾਊਨ ਪੇਮੈਂਟ ਲੈ ਕੇ ਆਓ ਤੇ ਗੱਡੀ ਤੁਸੀਂ 8.5-9 ਲੱਖ ਰੁਪਏ ਦੀਆਂ ਗੱਡੀਆਂ। ਤੇ ਆਪਾਂ ਤੁਹਾਨੂੰ 2020 ਮਾਡਲ ਦੀ ਕਾਰ 4,45,000 ਰੁਪਏ ਦੀ ਕਾਰ ਫੁੱਲ ਲੋਨ ਦੇ ਨਾਲ ਕਰਾ ਦਾਂਗੇ, ਗੱਡੀ ਫੁੱਲ ਲੋਨ ਕਰਾ ਦਾਂਗੇ। ਟ੍ਰਿਪਰ ਗੱਡੀ ਜਿਹੜੀਆਂ ਵੀ ਲੈ ਕੇ ਆਇਆ ਫੁੱਲ ਲੋਨ ਫੋਲੋ ਕਰਨਾ ਨਾ ਭੁੱਲਿਓ, ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ, ਜਿਹਦੇ ਨਾਲ ਹਰ ਬੰਦੇ ਦਾ ਫਾਇਦਾ। ਵਧੀਆ ਵਧੀਆ ਲੋਨ 80-90% ਲੋਨ ਕਰਾ ਕੇ ਦਵਾ, ਬੜੀ ਫੈਲ ਗਈ। 400-500 ਸਿੰਪਲ ਤੇ ਕਈ ਬੰਦੇ ਲੋਨ ਕਰਾ ਕੇ ਦੇਈ ਜਾਂਦੇ ਆ, ਉਹ 'ਚ ਇਹ ਹੁੰਦਾ ਕਿ ਬੰਦੇ ਕੀ ਕਰਦੇ ਆ, 400 ਸਿੰਪਲ ਵਾਲਾ ਫੜ ਲੈਂਦੇ ਆ, ਮੁੜ ਕੇ ਉਹਦਾ ਟਾਈਮ ਖਰਾਬ ਕਰਦੇ ਆ, ਮੁੜ ਕੇ ਕੋਈ ਵਧੀਆ ਕਸਟਮਰ ਆ ਗਿਆ ਉਹਨਾਂ ਨੂੰ ਗੱਡੀ 'ਚ ਕਰ ਦਿੰਦੇ। ਆਪਣਾ ਕੋਈ ਕੰਮ ਨਹੀਂ, ਕੋਈ ਲਾਰਾ ਨਹੀਂ, ਕੋਈ ਵੀਰੇ 400 ਸਿੰਪਲ ਦਾ ਕੋਈ ਵੀ ਨਹੀਂ ਲੋਨ ਕਰਾ ਕੇ ਦਿੰਦਾ, ਟਾਈਮ ਖਰਾਬ ਕਰਨ ਵਾਲੀ ਗੱਲ ਹੈ। ਤੇ ਜੀ ਸਾਈ ਫੜ ਲੈਂਦੇ ਆ, ਮੁੜ ਕੇ ਬੰਦੇ ਨੂੰ ਕਹਿੰਦੇ ਅੱਜ ਕਰਾਉਂਦੇ ਆ, ਕੱਲ੍ਹ ਕਰਾਉਂਦੇ ਆ, ਆਪਾਂ ਸਿੱਧੀ ਠੋਕਵੀਂ ਗੱਲ ਕਰੀ ਦੀ ਹੈ, ਕੋਈ ਇੱਦਾਂ ਦਾ ਨਹੀਂ ਕੰਮ। 700 ਤੋਂ ਪਲੱਸ ਸਿੰਪਲ ਚਾਹੀਦਾ, ਜੇ 690-680 ਵੀ ਸਿੰਪਲ ਹੈਗਾ ਫਿਰ ਵੀ ਲੋਨ ਕਰਾ ਕੇ ਦੇ ਦਾਂਗੇ ਤੁਹਾਨੂੰ, ਬਟ 400 ਸਿੰਪਲ ਵਾਲੀ ਗੱਲ ਟਾਈਮ ਖਰਾਬ ਹੈ। ਜਿਹੜਾ ਆਪਣਾ ਵੀਰ ਭਰਾ ਇਹ ਅਫਵਾਹਾਂ 'ਚ ਫਸ ਗਿਆ, ਟਾਈਮ ਖਰਾਬ ਹੈ, ਪੈਸੇ ਵੀ ਖਰਾਬ ਕਰੂਗਾ ਆਪਣੇ। 65,000 ਰੁਪਏ ਦੀ ਮਾਰਕੀਟ ਨਾਲ ਤਾਂ ਆਪਾਂ ਜਿੱਥੋਂ ਮਰਜ਼ੀ ਟਰਾਈ ਕਰ ਲਿਓ, ਮਾਰਕੀਟ ਨਾਲੋਂ ਪੂਰੇ ਰੇਂਟ ਘੈਂਟ ਦੇਵਾਂਗੇ। ਬਾਜ਼ਾਰ ਚੱਲ ਜਿਓ, ਜਿਹੜੇ ਮਰਜ਼ੀ ਬਾਜ਼ਾਰ ਚੱਲ ਜਿਓ, ਫਿਰ ਓਮਕਾਰ ਬਾਜ਼ਾਰ ਆ ਜਿਓ। ਇੰਜਨ ਗੇਅਰ ਇਹ ਨਹੀਂ ਕਿ ਘੱਟ ਰੇਟ ਹੈ, ਗੱਡੀਆਂ ਵੀ ਵਧੀਆ, ਘੱਟ ਰੇਟ ਵੀ ਹੈ, ਕੁਆਲਿਟੀ ਵੇਚੀ ਦੀ ਹੈ, ਘੱਟ ਰੇਟ ਤੇ ਗੱਡੀ ਵੇਚੀ ਦੀ ਹੈ। ਤੇ ਗੱਡੀ ਤੁਹਾਨੂੰ ਲੋਨ ਕਿੰਨੇ ਦਾ ਕਰਾ ਦੇਣਾ ਸੀਗਾ? ਸਾਰਿਆਂ ਨੂੰ ਓਮਕਾਰ ਬਾਜ਼ਾਰ ਤੇ ਫਿਰ ਇੱਕ ਵਾਰੀ ਸਵਾਗਤ ਹੈ। YouTube ਤੇ ਬਹੁਤ ਟਾਈਮ ਹੋ ਗਿਆ ਸੀ ਆਪਣੇ ਵੀਰਾਂ ਦੀ ਡਿਮਾਂਡ ਆ ਰਹੀ ਸੀ YouTube ਤੇ ਫੁੱਲ ਵੀਡੀਓ ਲੈ ਕੇ ਆਓ। ਅੱਜ ਫੁੱਲ ਵੀਡੀਓ 70-80 ਗੱਡੀਆਂ ਦਾ ਸਟਾਕ ਜੀ, 24 ਮਾਡਲ ਗੱਡੀਆਂ ਵੀ ਰਹਿਣਗੀਆਂ ਤੇ ਨੀਵਾ ਮਾਡਲ ਗੱਡੀਆਂ ਵੀ ਰਹਿਣਗੀਆਂ, 9-10 ਮਾਡਲ ਗੱਡੀਆਂ ਤੇ 70-80 ਗੱਡੀ ਇੰਜਨ ਗੇਅਰ ਐਕਸੀਡੈਂਟਲ ਦੀ ਹਰ ਗੱਡੀ ਦੀ ਜ਼ਿੰਮੇਵਾਰੀ ਹੈ। ਤੇ ਅੱਜ ਪਹਿਲੀ ਗੱਡੀ ਨਾਗ ਦੀ ਬੱਤੀ ਲੈ ਗਏ ਆ, ਕਾਲੀ ਨਾਗਣੀ ਵੈਨਿਊ 2024 ਮਾਡਲ ਪਹਿਲੇ ਨਾਂ ਦੀ ਕਾਰ, 2.5-3 ਲੱਖ ਰੁਪਏ ਦਾ ਫਾਇਦਾ ਕਰਦਾ, 3 ਲੱਖ ਰੁਪਏ ਦਾ ਫਾਇਦਾ ਕਰ ਦੇਣਾ। 70-80 ਹਜ਼ਾਰ ਦੇ ਲਾਈਟਰ ਲੱਗੇ, 8,000 ਕਿਲੋਮੀਟਰ ਚੱਲੀ ਗੱਡੀ ਦੀ ਕੰਡੀਸ਼ਨ ਦਿਖਾ ਵੀ, ਗੱਡੀ ਦੀ ਕੰਡੀਸ਼ਨ ਚੈੱਕ ਕਰੋ, ਲਾਈਟ ਟਾਇਰ ਬਿਲਕੁਲ ਕਾਲੀ ਨਾਗਣੀ ਘੈਂਟ ਗੱਡੀ, ਸਕਰੈਚ ਲੈਸ, ਬੁੱਲ ਬੁੱਲ ਦਾ ਬੱਚਾ ਅੰਦਰੋਂ ਗੱਡੀ ਦੇਖੋ, ਨਵੀਂ ਬ੍ਰੈਂਡ ਨਿਊ, 3 ਲੱਖ ਰੁਪਏ ਦੀ ਬਜਟ ਦੇ ਨਾਲ ਓਮਕਾਰ ਬਾਜ਼ਾਰ ਗੱਡੀ ਤੁਸੀਂ ਗ੍ਰੈਬ ਕਰਨੀ, 8,60,000 ਰੁਪਏ ਦੀ ਗੱਡੀ ਤੇ 7.5-8 ਲੱਖ ਰੁਪਏ ਦਾ ਲੋਨ, ਬਾਕੀ ਲੈਣਾ ਕਿਤੇ 70-80 ਹਜ਼ਾਰ ਰੁਪਏ ਲੈ ਕੇ ਆਓ ਤੇ ਗੱਡੀ ਆਪਣੇ ਘਰੇ ਲੈ ਕੇ ਜਾਓ, ਕਾਲੀ ਨਾਗਣੀ। ਅਗਲੀ ਗੱਡੀ i20 2018 ਮਾਡਲ ਕਾਰ ਹੈ, ਪਹਿਲੇ ਨਾਂ ਦੀ ਕਾਰ ਹੈ, ਇਹ ਗੱਡੀ ਤੁਹਾਨੂੰ ਦੇ ਦਾਂਗੇ 5,90,000 ਰੁਪਏ ਦੀ, ਪਹਿਲੇ ਨਾਂ ਦੀ, ਪੈਟਰੋਲ 50,000 ਕਿਲੋਮੀਟਰ ਚੱਲੀ ਔਨ ਰਿਕਾਰਡ, ਗੱਡੀ ਚੈੱਕ ਕਰ ਲਓ ਤੁਸੀਂ, ਬਿਲਕੁਲ ਬ੍ਰੈਂਡ ਨਿਊ, ਸਟੋਕ ਜ਼ਿਆਦਾ ਹੈ, ਬਾਹਰੋਂ ਬਾਹਰੋਂ ਦਿਖਾਵਾਂਗੇ ਗੱਡੀਆਂ। ਜੇ ਫੁੱਲ ਤੁਸੀਂ ਫੁੱਲ ਇੱਕ ਇੱਕ ਗੱਡੀ ਡਿਟੇਲ ਜਾਣਨੀ ਹੈ, ਤੁਸੀਂ ਓਮਕਾਰ 13-13 ਇੰਸਟਾਗ੍ਰਾਮ ਤੇ ਫੋਲੋ ਕਰ ਲਓ, ਇੱਕ ਇੱਕ ਗੱਡੀ ਦੀ ਉਹਦਾ ਰਿਵਿਊ ਦਿੱਤਾ ਹੁੰਦਾ ਹਰ ਇੱਕ ਗੱਡੀ ਦਾ। ਤੇ ਅਗਲੀ ਗੱਡੀ ਫਿਰ i20 2017 ਮਾਡਲ ਡੀਜ਼ਲ ਦੀ ਕਾਰ, ਪਹਿਲੇ ਨਾਂ ਦੀ ਕਾਰ, 55,000-60,000 ਕਿਲੋਮੀਟਰ ਚੱਲੀ ਹੈ ਗੱਡੀ, ਪਹਿਲੇ ਨਾਂ ਦੀ ਕਾਰ ਹੀ ਹੈ ਵੀ, ਇਹ ਗੱਡੀ ਤੁਹਾਨੂੰ ਦੇ ਦਾਂਗੇ 5,60,000 ਰੁਪਏ ਦੀ ਕਾਰ, ਡੀਜ਼ਲ ਵੈਰੀਐਂਟ ਚ, ਸਪੋਰਟਸ ਵੈਰੀਐਂਟ, ਪਹਿਲੇ ਨਾਂ ਦੀ ਕਾਰ, ਬਿਲਕੁਲ ਘੈਂਟ ਗੱਡੀ। ਤੇ ਲੋਨ ਕਿੰਨੇ ਦਾ ਕਰਾ ਦਾਂਗੇ ਇਸ ਗੱਡੀ ਤੇ? 5 ਲੱਖ ਰੁਪਏ ਦਾ ਲੋਨ, 60-70 ਹਜ਼ਾਰ ਰੁਪਏ ਦਿਓ ਤੇ ਗੱਡੀ ਆਪਣੇ ਘਰੇ ਲੈ ਕੇ ਜਾਓ। ਅਗਲੀ ਗੱਡੀ ਸਵਿਫਟ, ਪੂਰੇ ਚੈਲੇਂਜਿੰਗ ਰੇਟ ਤੇ, ਪਹਿਲੇ ਨਾਂ ਦੀ ਕਾਰ, 2015 ਮਾਡਲ ਦੀ ਕਾਰ ਹੈ, ਪਹਿਲੇ ਨਾਂ ਦੀ ਲਾਈਟਰ ਐਕਸਾ ਲੱਗੀ ਹੈ ਤੇ ਗੱਡੀ ਦਾ ਰੇਟ ਦੇ ਦਾਂਗੇ ਤੁਹਾਨੂੰ 4,10,000 ਰੁਪਏ ਦੀ ਗੱਡੀ ਦੇ ਦਾਂਗੇ, ਗੱਡੀ ਚੈੱਕ ਕਰ ਲਓ, ਇੰਜਨ ਗੇਅਰ ਐਕਸੀਡੈਂਟਲ ਮੀਟਰ ਦੀ ਫੁੱਲ ਜ਼ਿੰਮੇਵਾਰੀ ਹੈ ਗੱਡੀ ਦੀ, 90,000 ਓਨ ਰਿਕਾਰਡ ਚੱਲੀ ਹੈ ਗੱਡੀ। ਅਗਲੀ ਗੱਡੀ 2020 ਮਾਡਲ 21 ਰਜਿਸਟਰਡ 24,000 ਕਿਲੋਮੀਟਰ ਚੱਲੀ, ਆਹ ਗੱਡੀ ਦੇਖ ਲਓ ਤੇ ਨਵੀਂ ਸ਼ੋਰੂਮ ਜਾ ਕੇ ਦੇਖ ਲਓ, ਇੱਦਾਂ ਦੀ ਗੱਡੀ ਹੈ ਤੇ ਗੱਡੀ ਤੁਹਾਨੂੰ ਕਿੰਨੇ ਦੇ ਦੇਣੀ ਹੈ? 6,65,000 ਰੁਪਏ ਦੀ ਕਾਰ, ਪਹਿਲੇ ਨਾਂ ਦੀ ਕਾਰ ਦੇ ਦਾਂਗੇ, ਡੀਲ ਜਲਦੀ ਗ੍ਰੈਬ ਕਰ ਲਿਓ, ਆਉਣਾ ਕਿਤੇ ਤੁਸੀਂ ਓਮਕਾਰ ਬਾਜ਼ਾਰ ਚੰਡੀਗੜ੍ਹ ਰੋਡ ਵੀਰ ਮਹਿਲ ਲੁਧਿਆਣਾ, ਇੱਕ ਇੱਕ ਗੱਡੀ ਦੀ ਡਿਟੇਲ ਜਾਣਨੀ ਹੈ ਤੇ ਤੁਸੀਂ ਓਮਕਾਰ 13-13 ਫੋਲੋ ਕਰਨਾ ਨਾ ਭੁੱਲਿਓ, ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ, ਜਿਹਦੇ ਨਾਲ ਹਰ ਬੰਦੇ ਦਾ ਫਾਇਦਾ। ਵਧੀਆ ਵਧੀਆ ਲੋਨ 80-90% ਲੋਨ ਕਰਾ ਕੇ ਦੇਵਾਂਗੇ ਹਰ ਗੱਡੀਆਂ ਤੇ। ਤੇ ਅਗਲੀ ਗੱਡੀ 2020 ਮਾਡਲ ਦੀ ਬਰੇਜ਼ਾ LXi VXi ਵਾਲੇ ਸਾਰੇ ਫੀਚਰ ਆ ਜਾਂਦੇ ਆ, ਤੇ ਡਬਲ ਏਅਰ ਬੈਗ, 4 ਪਾਵਰ ਵਿੰਡੋ, 20 ਮਾਡਲ ਦੀ ਕਾਰ ਹੈ,
ਤੇ ਗੱਡੀ ਦਾ ਰੇਟ 7-7 ਲੱਖ ਰੁਪਏ ਦੀ ਕਰ ਦੇ ਦਾਂਗੇ। ਲਾਈਟ ਆਲ ਐਕਸਟਰਾ ਲੱਗੇ ਹੋਏ ਗੱਡੀ ਨੂੰ, ਛੋਟੀ ਜੀ ਵੀਡੀਓ ਬਣਾਵਾਂਗੇ, ਸਟੋਕ ਜ਼ਿਆਦਾ ਇਸ ਟਾਈਮ, ਤੇ ਇੱਕ ਇੱਕ ਗੱਡੀ ਦੀ ਡਿਟੇਲ ਜਾਣੀ ਤਾਂ ਓਮਕਾਰ ਤੇਰਾ ਤੇਰਾ ਜ਼ਰੂਰ ਫੋਲੋ ਕਰ ਲਓ। ਅਗਲੀ ਗੱਡੀ ਅਰਟਿਗਾ 2016 ZDI ਪਲੱਸ, ਗੱਡੀ ਦੇ ਦਾਂਗੇ 5,95,000 ਰੁਪਏ ਦੀ ਕਰ ਦੇ ਦਾਂਗੇ। ZDA ਪਲੱਸ 80 ਰੋਨ ਰਿਕੋਲ ਚੱਲੀ, ਇੰਜਨ ਗੇਅਰ ਐਕਸੀਡੈਂਟਲ ਮੀਟਰ ਦੀ ਫੁੱਲ ਜ਼ਿੰਮੇਵਾਰੀ। ਅਗਲੀ ਗੱਡੀ ਬਰੇਜ਼ਾ 16 ਮਾਡਲ ਦੀ ਕਾਰ ਹੈ, ਡਾਊਨ ਪੇਮੈਂਟ ਕਿੰਨੀ ਦੇਣੀ ਸਿਰਫ ਤੁਸੀਂ ਦੇ ਦਿਓ 50-60 ਹਜ਼ਾਰ ਰੁਪਏ ਦਿਓ ਤੇ ਗੱਡੀ ਆਪਣੇ ਘਰੇ ਲੈ ਕੇ ਜਾਓ। ਅਗਲੀ ਗੱਡੀ ਬਰੇਜ਼ਾ 2019 ਮਾਡਲ ਦੀ ਕਾਰ, 72,000 ਚੱਲੀ, ਪਹਿਲੇ ਨਾਂ ਦੀ 2019 ਮਾਡਲ, ਜਿੱਥੋਂ ਮਰਜ਼ੀ ਰੇਟ ਟਰਾਈ ਕਰ ਲਿਓ। ਗੱਡੀ ਆਪਾਂ ਤੁਹਾਨੂੰ ਦੇ ਦਾਂਗੇ 7,15,000 ਰੁਪਏ ਦੀ ਕਾਰ ਦੇ ਦਾਂਗੇ, 6.5 ਲੱਖ ਰੁਪਏ ਦਾ ਲੋਨ, 60-65 ਹਜ਼ਾਰ ਲੈ ਕੇ ਆਓ ਤੇ ਗੱਡੀ ਆਪਣੇ ਘਰੇ ਲੈ ਕੇ ਜਾਣੀ ਹੈ ਤੁਸੀਂ। ਅਗਲੀ ਗੱਡੀ ਡੈਟਸਨ 2019 ਮਾਡਲ ਦੀ ਕਾਰ, ਪਹਿਲੇ ਨਾਂ ਦੀ ਕਾਰ ਹੈ, 1,85,000 ਰੁਪਏ ਦੀ, 1,85,000 ਰੁਪਏ ਦੀ ਗੱਡੀ, 1,85,000 ਰੁਪਏ ਦਾ ਲੋਨ। ਟਿਆਗੋ 2022 ਮਾਡਲ ਦੀ ਕਾਰ, 23 ਰਜਿਸਟਰਡ, 16,000 ਓਨ ਰਿਕਾਰਡ ਚੱਲੀ ਹੈ ਗੱਡੀ। ਗੱਡੀ ਤੁਸੀਂ ਚੈੱਕ ਕਰ ਲਓ, ਬਿਲਕੁਲ ਲਫਾਵੇ ਲੁਫਾਵੇ ਨਹੀਂ ਉਤਰੇ, ਬਿਲਕੁਲ ਸ਼ੋਰੂਮ ਕੰਡੀਸ਼ਨ, ਵੱਧ ਤੋਂ ਵੱਧ ਫਾਇਦਾ ਕਰਕੇ ਦੇਣਾ। 5,85,000 ਰੁਪਏ ਦੀ ਗੱਡੀ ਦੇ ਦਾਂਗੇ ਤੇ 5.5 ਲੱਖ ਰੁਪਏ ਦਾ ਲੋਨ, 40-45 ਹਜ਼ਾਰ ਲੈ ਕੇ ਆਓ ਤੇ ਗੱਡੀ ਆਪਣੇ ਘਰੇ ਲੈ ਕੇ ਜਾਓ। ਅਗਲੀ ਗੱਡੀ ਵਰਨਾ 2016 ਮਾਡਲ ਦੀ ਕਾਰ ਹੈ ਜੀ, ਪਹਿਲੇ ਨਾਂ ਦੀ ਕਾਰ ਹੈ, 72-73 ਹਜ਼ਾਰ ਓਨ ਰਿਕਾਰਡ ਚੱਲੀ ਹੈ ਗੱਡੀ ਤੇ ਗੱਡੀ ਤੁਹਾਨੂੰ ਇੱਕੋ ਰੇਟ ਦੇ ਦਾਂਗੇ, 5,80,000 ਰੁਪਏ ਦੀ ਕਾਰ, 5.25 ਲੱਖ ਰੁਪਏ ਦਾ ਲੋਨ, 60-70 ਹਜ਼ਾਰ ਦਿਓ ਤੇ ਗੱਡੀ ਆਪਣੇ ਘਰੇ ਲੈ ਕੇ ਜਾਓ। TUV 300, ਇਹ ਗੱਡੀ 2019 ਮਾਡਲ ਹੈ, 25,000 ਓਨ ਰਿਕਾਰਡ ਚੱਲੀ ਹੈ, ਡੀਜ਼ਲ ਵੈਰੀਅੰਟ 25,000 ਘੱਟ ਚੱਲੀ, ਗੱਡੀ ਬਹੁਤ ਘੱਟ ਮਿਲਦੀ ਹੈ ਮਾਰਕੀਟ 'ਚ। ਇਹ ਗੱਡੀ ਆਪਾਂ ਦੇ ਦਾਂਗੇ 6,80,000 ਰੁਪਏ ਦੀ ਗੱਡੀ ਦੇ ਦਾਂਗੇ, ਬੰਪਰ ਟੂ ਬੰਪਰ ਓਰੀਜਨਲ ਕਾਰ ਹੈ ਤੇ ਗੱਡੀ ਦੇ ਲੋਨ ਕਰਾ ਦਾਂਗੇ, 6 ਲੱਖ ਰੁਪਏ ਦਾ, 90,000 ਡਾਊਨ ਪੇਮੈਂਟ ਦਿਓ ਤੇ ਗੱਡੀ ਘਰੇ ਲੈ ਕੇ ਜਾਓ। ਅਗਲੀ 2016 ਮਾਡਲ ਦੀ BRV ਅਰਟਿਗਾ ਨਾਲ ਕੰਪੇਅਰ ਕਰਦੇ ਹਾਂ। ਅਰਟਿਗਾ ਦੀ ਆਪਾਂ ਬਾਜ਼ਾਰ 'ਚ ਲੈਣ ਜਾਈਏ, 16 ਮਾਡਲ 6-6.5 ਲੱਖ ਰੁਪਏ ਦੀਆਂ ਮਿਲਦੀਆਂ। ਆਪਾਂ ਤੁਹਾਨੂੰ ਇਹ ਗੱਡੀ ਦੇਣੀ ਹੈ 5,60,000 ਰੁਪਏ ਦੀ, 16 ਮਾਡਲ ਦੀ ਕਾਰ, ਪਹਿਲੇ ਨਾਂ ਦੀ ਕਾਰ, ਟੋਪ ਵਾਲਾ ਮਾਡਲ, ਪੁਸ਼ ਬਟਨ ਸਟਾਰਟ, 25 ਦੀ ਐਵਰੇਜ, ਆਰਾਮ ਨਾਲ ਕੱਢਦੀ ਹੈ ਗੱਡੀ ਤੇ ਗੱਡੀ ਦੇ ਲੋਨ ਕਿੰਨੇ ਦਾ ਕਰਾ ਦੇਣਾ, 5,00,000 ਰੁਪਏ ਦਾ ਲੋਨ ਕਰਾ ਦਾਂਗੇ। 19 ਮਾਡਲ ਦੀ ਐਸ ਕਰੋਸ, ਇਹ ਵੀ ਪਹਿਲੇ ਨਾਂ ਦੀ ਕਾਰ ਹੈ, ਇਹ ਗੱਡੀ ਤੁਹਾਨੂੰ ਦੇ ਦਾਂਗੇ 6,35,000 ਰੁਪਏ ਦੀ ਕਾਰ, 19 ਮਾਡਲ ਦੀ, ਫਸਟ ਓਨਰ ਦੀ, ਗ੍ਰੇ ਕਲਰ ਦੀ ਕਾਰ ਹੈ, ਡੀਜ਼ਲ ਵੈਰੀਅੰਟ 'ਚ, ਐਵਰੇਜ ਬਹੁਤ ਸੋਹਣੀ ਹੈ ਇਸ ਕਾਰ ਦੀ। ਅਗਲੀ ਗੱਡੀ ਸਨੀ 2013 ਮਾਡਲ ਦੀ ਕਾਰ, 2,10,000 ਰੁਪਏ ਦੀ ਗੱਡੀ, ਵੱਧ ਤੋਂ ਵੱਧ ਸ਼ੇਅਰ ਕਰਿਓ, ਰੇਟ ਪੂਰੇ ਘੈਂਟ ਘੈਂਟ ਦੇ ਰਿਹਾ ਤੁਹਾਨੂੰ ਅੱਜ ਤੇ, ਵੱਧ ਤੋਂ ਵੱਧ ਸ਼ੇਅਰ। ਅਗਲੀ ਗੱਡੀ ਹੋਂਡਾ ਸਿਟੀ, ਗੱਡੀ ਦੇ ਲੋਨ ਕਰਾ ਦਾਂਗੇ, 1,80,000 ਰੁਪਏ ਦਾ, 30-40 ਹਜ਼ਾਰ ਦਿਓ ਤੇ ਗੱਡੀ ਆਪਣੇ ਘਰੇ ਲੈ ਕੇ ਜਾਓ। ਅਗਲੀ ਗੱਡੀ ਹੋਂਡਾ ਸਿਟੀ 2015 ਮਾਡਲ ਦੀ ਕਾਰ ਹੈ, ਪਹਿਲੇ ਨਾਂ ਦੀ ਕਾਰ ਹੈ, ਵੀਡੀਓ ਆਪਾਂ ਛੋਟੀ ਜਿਹੀ ਬਣਾਉਣੀ ਹੈ, ਜ਼ਿਆਦਾ ਟਾਈਮ ਨਹੀਂ ਲੈਣਾ, ਸਨਰੂਫ ਵਾਲੀ ਕਾਰ ਹੈ, ਸਾਰਾ ਸਟੋਕ ਦਿਖਾ ਦੇਣਾ ਤੁਹਾਨੂੰ। 15 ਮਾਡਲ ਦੀ ਸਨਰੂਫ ਵਾਲੀ ਕਾਰ ਗੱਡੀ ਦੇ ਦਾਂਗੇ, 5,10,000 ਰੁਪਏ ਦੀ, 15 ਮਾਡਲ, ਫਸਟ ਓਨਰ ਦੀ ਕਾਰ, ਗੱਡੀ ਇੰਜਨ ਗੇਅਰ ਐਕਸੀਡੈਂਟਲ ਮੀਟਰ ਦੀ ਫੁੱਲ ਜ਼ਿੰਮੇਵਾਰੀ, ਜਿੰਨੀ ਚੱਲੀ ਓਨ ਰਿਕਾਰਡ ਚੱਲੀ ਹੈ। ਅਗਲੀ ਗੱਡੀ ਟ੍ਰਿਵਰ 2020 ਮਾਡਲ, ਆਪਾਂ ਜੇ ਅਰਟਿਗਾ ਵੀ ਬਾਜ਼ਾਰ 'ਚ ਲੈਣ ਚਲੇ ਜਾਂਦੇ ਹਾਂ ਨਾ, ਤੇ ਕਿੰਨੇ ਦੀ ਮਿਲਦੀ ਹੈ 20 ਮਾਡਲ ਦੀ ਅਰਟਿਗਾ ਵੀ ਲੈਣ ਜਾਂਦੇ ਹਾਂ ਬਾਜ਼ਾਰ 'ਚੋਂ, ਗੱਡੀ ਮਿਲਦੀ ਹੈ 8.5-9 ਲੱਖ ਰੁਪਏ ਦੀਆਂ ਗੱਡੀਆਂ ਤੇ ਆਪਾਂ ਤੁਹਾਨੂੰ 2020 ਮਾਡਲ ਦੀ ਕਾਰ 4,45,000 ਰੁਪਏ ਦੀ ਕਾਰ ਫੁੱਲ ਲੋਨ ਦੇ ਨਾਲ ਕਰਾ ਦਾਂਗੇ, ਗੱਡੀ ਫੁੱਲ ਲੋਨ ਕਰਾ ਦਾਂਗੇ। ਟ੍ਰਿਪਰ ਗੱਡੀ ਜਿਹੜੀਆਂ ਵੀ ਲੈ ਕੇ ਆਇਆ ਫੁੱਲ ਲੋਨ ਕਰਾ ਕੇ ਦਿੱਤਾ ਹਰ ਗਾਹਕ ਨੂੰ ਤੇ ਫੁੱਲ ਲੋਨ ਕਰਾ ਦਾਂਗੇ, 50-60 ਹਜ਼ਾਰ ਕਿਲੋਮੀਟਰ ਚੱਲੀ ਗੱਡੀ, ਤੁਸੀਂ ਆਪਣੇ ਘਰੇ ਲੈ ਕੇ ਜਾਓ ਫੁੱਲ ਲੋਨ, 0 ਡਾਊਨ ਪੇਮੈਂਟ ਤੇ ਗੱਡੀ ਲੈ ਜਾਓ। 38,000 ਕਿਲੋਮੀਟਰ ਚੱਲੀ ਯੂਵਾ ਸ਼ੈਵਰਲੈਟ ਦੀ ਕਾਰ, ਪੈਟਰੋਲ ਵੈਰੀਅੰਟ 15 ਮਾਡਲ ਦੀ ਕਾਰ, ਗੱਡੀ ਕਿੰਨੇ ਦੇਣੀ ਹੈ, 1,85,000 ਰੁਪਏ ਦੀ ਗੱਡੀ ਦੇ ਦਾਂਗੇ, 1,85,000 ਰੁਪਏ ਦੀ ਕਾਰ, ਔਨ ਕੈਸ਼ ਔਨ ਪੇਮੈਂਟ ਚੱਕਣੀ ਪੈਣੀ ਹੈ, ਗੱਡੀ ਫਸਟ ਓਨਰ ਦੀ ਕਾਰ ਹੈ ਵੀ। ਅਗਲੀ ਗੱਡੀ ਨੈਕਸਨ 2018 ਮਾਡਲ ਦੀ ਕਾਰ, ਆਟੋਮੈਟਿਕ ਗੇਅਰ ਨਾਲ ਹੈ, 6,50,000 ਰੁਪਏ ਦੀ ਕਾਰ, 6 ਲੱਖ ਰੁਪਏ ਦਾ ਲੋਨ, 50,000 ਡਾਊਨ ਪੇਮੈਂਟ ਦਿਓ, ਜਿਹਦਾ ਸਿੰਪਲ ਬਹੁਤ ਵਧੀਆ, ਫੁੱਲ ਲੋਨ ਕਰਾ ਦਾਂਗੇ ਇਸ ਗੱਡੀ ਤੇ, 0 ਡਾਊਨ ਪੇਮੈਂਟ ਤੇ ਗੱਡੀ ਲੈ ਜਾਓ ਆ ਕੇ। ਅਗਲੀ ਗੱਡੀ ਟਿਆਗੋ 2000
ਤੇ ਅੱਗੋਂ 2016 ਮਾਡਲ ਦੀ ਕਾਰ ਡੀਜ਼ਲ ਵੈਰੀਐਂਟ ਤੇ ਗੱਡੀ ਦੇ ਦਾਂਗੇ 3,30,000 ਰੁਪਏ ਦੀ, ਤੇ ਗੱਡੀ ਦੇ ਲੋਨ ਕਿੰਨੇ ਦਾ ਕਰਾ ਦਾਂਗੇ? ਗੱਡੀ ਦੇ ਲੋਨ ਕਰਾ ਦਾਂਗੇ 3,10,000-15,000 ਰੁਪਏ ਦਾ ਲੋਨ ਕਰਾ ਦਾਂਗੇ, 20-25,000 ਡਾਊਨ ਪੇਮੈਂਟ ਦਿਓ ਤੇ ਗੱਡੀ ਆਪਣੇ ਤੁਸੀਂ ਘਰੇ ਲੈ ਕੇ ਜਾਓ। ਅਗਲੀ ਗੱਡੀ 2019/20 ਸਵਿਫਟ 5,45,000 ਰੁਪਏ ਦੀ LXI ਵੈਰੀਐਂਟ ਹੈ, VXI ਕਨਵਰਟ ਹੈ, ਲਾਈਟ ਐਕਸਟਰਾ ਲੱਗੇ ਗੱਡੀ ਨੂੰ, 5,45,000 ਰੁਪਏ ਦੀ ਗੱਡੀ ਦੇ ਦਾਂਗੇ। ਤੇ ਗੱਡੀ ਦੇ ਲੋਨ ਕਿੰਨੇ ਦਾ ਕਰਾ ਦਾਂਗੇ? 5,00,000 ਰੁਪਏ ਦਾ ਲੋਨ ਕਰਾ ਦਾਂਗੇ, ਜਿੱਥੋਂ ਮਰਜ਼ੀ ਟਰਾਈ ਕਰ ਲਿਓ, ਰੇਟ ਦੀ ਪੂਰਾ ਚੈਲੰਜ ਹੈ। ਅਗਲੀ ਗੱਡੀ ਬਰੇਜ਼ਾ ਆਟੋਮੈਟਿਕ 18, ਹਰ ਤਰ੍ਹਾਂ ਦਾ ਸਟੋਕ ਆਪਾਂ ਅਵੇਲੇਬਲ ਵੀ ਕਰਾ ਦਿੰਦੇ ਹਾਂ ਜਿਹੜੀ ਆਪਣੇ ਕੋਲ ਗੱਡੀ ਨਹੀਂ ਅਵੇਲੇਬਲ ਹੈਗੀ। ਤੇ ਗੱਡੀਆਂ ਦੇ ਲੋਨ ਵੀ ਪੂਰਾ ਘੈਂਟ ਘੈਂਟ, ਜੇ ਤੁਹਾਡਾ ਸਿਬਲ ਵਧੀਆ ਨਾ, ਆਪਾਂ ਵਧੀਆ ਵਧੀਆ ਗੱਡੀਆਂ ਦੇ ਤੁਹਾਨੂੰ ਵੱਧ ਪੈਸੇ ਦੇ ਕੇ ਵੀ ਤੋਰਾਂਗੇ, 50-60,000 ਫਾਲਤੂ ਵੀ ਦੇ ਕੇ ਤੋਰਾਂਗੇ। ਅਗਲੀ ਗੱਡੀ ਬਰੇਜ਼ਾ 2018 ਮਾਡਲ ਦੀ ਕਾਰ ਹੈ, ZDI ਪਲੱਸ, ਪੁਸ਼ ਬਟਨ ਸਟਾਰਟ, 0126 ਨੰਬਰ ਗੱਡੀ ਦਾ, ਆਟੋਮੈਟਿਕ ਦੀ ਕਾਰ ਹੈ, ਗੱਡੀ 75,000 ਔਨ ਰਿਕਾਰਡ ਚੱਲੀ ਹੈ। ਤੇ ਗੱਡੀ ਦਾ ਰੇਟ ਤੁਹਾਨੂੰ ਇੱਕੋ ਰੇਟ ਦੇ ਦਾਂਗੇ, 7,45,000 ਰੁਪਏ ਦੀ ਕਾਰ, ਆਟੋਮੈਟਿਕ ਦੀ ਕਾਰ, ਕਵਿਡ ਬੰਪਰ ਟੂ ਬੰਪਰ ਰੀਜਨਲ 22,000 ਕਿਲੋਮੀਟਰ ਚੱਲੀ ਹੈ। ਗੱਡੀ ਦੇ ਦਾਂਗੇ 360 ਦੀ ਡਿਮਾਂਡ ਹੈ ਜੀ, 3.5 ਦੀ ਗੱਡੀ ਦੇ ਦਾਂਗੇ, ਆਲ ਸੀਲਡ, ਕਿਤੋਂ ਲੱਗੀ ਵੱਜੀ ਨਹੀਂ ਗੱਡੀ। ਤੇ ਗੱਡੀ ਦੇ ਲੋਨ ਕਿੰਨੇ ਦਾ ਕਰਾ ਦਾਂਗੇ? 3,25,000 ਰੁਪਏ ਦਾ ਲੋਨ ਕਰਾ ਦਾਂਗੇ। ਤੇ ਕਿੰਨੀ ਤਾਂ 30-35,000 ਰੁਪਏ ਦਿਓ ਤੇ ਗੱਡੀ ਤੁਸੀਂ ਆਪਣੇ ਘਰੇ ਲੈ ਕੇ ਜਾਣੀ ਹੈ, ਕਵਿਡ ਨਵੀਂ ਸ਼ੇਪ ਦੀ ਕਾਰ ਹੈ। ਅਗਲੀ ਗੱਡੀ CNG ਵਾਲੀ 22 ਮਾਡਲ ਦੀ ਨਿਓਸ, ਆਪਾਂ ਇਹ ਗੱਡੀ ਦੇ ਦਾਂਗੇ 5,95,000 ਰੁਪਏ ਦੀ, ਤੁਹਾਨੂੰ 5,95,000 ਰੁਪਏ ਦੀ ਕਾਰ ਦੇ ਦਾਂਗੇ। ਪਹਿਲੇ ਨਾਂ ਦੀ ਕਾਰ ਹੈ CNG, 60,000 ਕਿਲੋਮੀਟਰ ਚੱਲੀ, ਔਨ ਘਰੇਲੂ ਚੱਲੀ, ਜਿੰਨੀ ਚੱਲੀ ਹੈ ਘਰੇ ਚੱਲੀ ਹੈ ਗੱਡੀ, ਕੋਈ ਟੈਕਸੀ ਨਹੀਂ, ਕੋਈ ਕੁਛ ਨਹੀਂ ਚੱਲਿਆ, CNG 60,000 ਕਿਲੋਮੀਟਰ ਚੱਲੀ ਹੈ, ਲੋਨ ਇੱਥੇ 5,50,000 ਰੁਪਏ ਦਾ ਕਰਾ ਦਾਂਗੇ, 45,000 ਡਾਊਨ ਪੇਮੈਂਟ ਦਿਓ ਤੇ ਗੱਡੀ ਤੁਸੀਂ ਆਪਣੇ ਘਰੇ ਲੈ ਕੇ ਜਾਣੀ ਹੈ। ਅਗਲੀ ਗੱਡੀ ਐਲਟ੍ਰੋਜ, ਗੱਡੀ ਕਹਿੰਦੇ ਘੱਟ ਚੱਲੀ ਚਾਹੀਦੀ ਹੈ, ਤੇ ਗੱਡੀ ਵੀ ਵਧੀਆ ਚਾਹੀਦੀ ਹੈ, ਤੇ ਲੋਨ ਵੀ ਵਧੀਆ ਚਾਹੀਦਾ। ਤੇ ਗੱਡੀ ਅੱਜ ਤੁਹਾਨੂੰ ਦੇਣੀ ਹੈ 6,00,000 ਤੇ 25,000 ਰੁਪਏ ਦੀ ਕਾਰ ਦੇਣੀ ਹੈ, ਤੇ 6,00,000 ਰੁਪਏ ਦਾ ਲੋਨ ਕਰਾ ਕੇ ਦੇਣਾ। ਡਾਊਨ ਪੇਮੈਂਟ ਕਿੰਨੀ ਦੇਣੀ ਹੈ? ਸਿਰਫ 25,000 ਡਾਊਨ ਪੇਮੈਂਟ ਲੈ ਕੇ ਆਓ ਤੇ ਗੱਡੀ ਤੁਸੀਂ ਆਪਣੇ ਘਰੇ ਲੈ ਕੇ ਜਾਣੀ ਹੈ। ਐਲਟ੍ਰੋਜ ਬੰਪਰ ਟੂ ਬੰਪਰ ਰੀਜਨਲ, ਬੰਪਰ ਟੂ ਬੰਪਰ ਰੀਜਨਲ ਹੈ, 22 ਮਾਡਲ ਦੀ ਕਾਰ ਹੈ, ਤੇ ਡੀਲ ਜਲਦੀ ਗ੍ਰੈਬ ਕਰ ਲਿਓ, ਆਉਣਾ ਕਿਤੇ ਤੁਸੀਂ ਓਮਕਾਰ ਬਿਹਾਰ ਚੰਡੀਗੜ੍ਹ ਰੋਡ ਵੀਰ ਪੈਲ ਲੁਧਿਆਣਾ। ਨੀਜ਼ 2017 ਮਾਡਲ ਦੀ ਕਾਰ ਡੀਜ਼ਲ ਫਸਟ ਓਨਰ ਦੀ ਕਾਰ, ਗੱਡੀ ਬਿਲਕੁਲ ਘੈਂਟ, 80,000 ਔਨ ਰਿਕਾਰਡ ਚੱਲੀ ਹੈ। ਬੰਦੇ ਆਪਣੇ ਕਹਿੰਦੇ ਆ ਲੋਨ ਵਧੀਆ ਕਰਾ ਕੇ ਦਿਓ, ਲੋਨ ਪਹਿਲੀ ਗੱਲ ਤਾਂ ਵਧੀਆ ਕਰਾ ਕੇ ਦੇਵਾਂਗੇ। ਅੱਜ ਕੱਲ੍ਹ ਅਫਵਾਹ ਬੜੀ ਫੈਲ ਗਈ, 400-500 ਸਿਬਲ ਤੇ ਕਈ ਬੰਦੇ ਲੋਨ ਕਰਾ ਕੇ ਦੇਈ ਜਾਂਦੇ ਆ। ਉਹ 'ਚ ਇਹ ਹੁੰਦਾ ਕਿ ਬੰਦੇ ਕੀ ਕਰਦੇ ਆ, 400 ਸਿਬਲ ਵਾਲਾ ਫੜ ਲੈਂਦੇ ਆ, ਮੁੜ ਕੇ ਉਹਦਾ ਟਾਈਮ ਖਰਾਬ ਕਰਦੇ ਆ, ਮੁੜ ਕੇ ਕੋਈ ਵਧੀਆ ਕਸਟਮਰ ਆ ਗਿਆ ਉਹਨਾਂ ਨੂੰ ਗੱਡੀ 'ਚ ਕਰ ਦਿੰਦੇ। ਆਪਣਾ ਕੋਈ ਕੰਮ ਨਹੀਂ, ਕੋਈ ਲਾਰਾ ਨਹੀਂ, ਕੋਈ ਵੀਰੇ 400 ਸਿਬਲ ਦਾ ਕੋਈ ਵੀ ਨਹੀਂ ਲੋਨ ਕਰਾ ਕੇ ਦਿੰਦਾ, ਟਾਈਮ ਖਰਾਬ ਕਰਨ ਵਾਲੀ ਗੱਲ ਹੈ। ਤੇ ਜੀ ਸਾਈ ਫੜ ਲੈਂਦੇ ਆ, ਮੁੜ ਕੇ ਬੰਦੇ ਨੂੰ ਕਹਿੰਦੇ ਅੱਜ ਕਰਾਉਂਦੇ ਆ, ਕੱਲ੍ਹ ਕਰਾਉਂਦੇ ਆ, ਆਪਾਂ ਸਿੱਧੀ ਠੋਕਵੀਂ ਗੱਲ ਕਰੀ ਦੀ ਹੈ, ਕੋਈ ਇੱਦਾਂ ਦਾ ਨਹੀਂ ਕੰਮ। 700 ਤੋਂ ਪਲੱਸ ਸਿਬਲ ਚਾਹੀਦਾ, ਜੇ 690-680 ਵੀ ਸਿਬਲ ਹੈਗਾ ਫਿਰ ਵੀ ਲੋਨ ਕਰਾ ਕੇ ਦੇ ਦਾਂਗੇ ਤੁਹਾਨੂੰ, ਬਟ 400 ਸਿਬਲ ਵਾਲੀ ਗੱਲ ਟਾਈਮ ਖਰਾਬ ਹੈ। ਜਿਹੜਾ ਆਪਣਾ ਵੀਰ ਭਰਾ ਇਹ ਅਫਵਾਹਾਂ 'ਚ ਫਸ ਗਿਆ, ਟਾਈਮ ਖਰਾਬ ਹੈ, ਪੈਸੇ ਵੀ ਖਰਾਬ ਕਰੂ ਆਪਣੇ। ਤੇ 2017 ਮਾਡਲ ਦੀ ਕਾਰ, ਗੱਡੀ ਦੇ ਦਾਂਗੇ 3,90,000 ਰੁਪਏ ਦੀ, 80,000 ਔਨ ਰਿਕਾਰਡ ਚੱਲੀ ਹੈ, ਤੇ ਗੱਡੀ ਦੇ ਲੋਨ 3,50,000 ਰੁਪਏ ਦਾ, 40,000 ਡਾਊਨ ਪੇਮੈਂਟ ਲੈ ਕੇ ਆਓ, ਗੱਡੀ ਘਰੇ ਲੈ ਕੇ ਜਾਓ। ਇਹ ਸੋਲਡ ਆਊਟ ਹੈ ਬਲੀਨੋ ਜੀ, ਬਲੀਨੋ ਸੋਲਡ ਆਊਟ ਹੈ। ਅਗਲੀ ਗੱਡੀ ਟਿਆਗੋ 2017 ਮਾਡਲ ਦੀ ਕਾਰ, ਇਹਦੇ ਗੱਡੀ ਦੇ ਦਾਂਗੇ 3,50,000 ਰੁਪਏ ਦੀ, ਲਾਈਟ ਐਕਸਟਰਾ ਲੱਗੇ, ਪਹਿਲੇ ਨਾਂ ਦੀ ਕਾਰ ਹੈ, ਪੈਟਰੋਲ ਵੈਰੀਐਂਟ 'ਚ ਕਾਰ, ਡੀਲ ਜਲਦੀ ਗ੍ਰੈਬ ਕਰ ਲਿਓ, ਇਹ ਵੀ ਕਹਿਤੇ ਕਰਾ ਦਾਂਗੇ, 30,000-40,000 ਦਾ ਲੋਨ ਕਰਾ ਦਾਂਗੇ, ਬਾਕੀ 30,000 ਡਾਊਨ ਪੇਮੈਂਟ ਦਿਓ, ਗੱਡੀ ਆਪਣੇ ਘਰੇ ਲਾਓ। 50,000 ਔਨ ਰਿਕਾਰਡ ਚੱਲੀ, WRV ਔਨ ਰਿਕਾਰਡ ਚੱਲੀ, ਮਤਲਬ ਔਨ ਰਿਕਾਰਡ ਚੱਲੀ ਹੋਊਗੀ ਗੱਡੀ। ਗੱਡੀ ਦਾ ਰੇਟ ਤੁਹਾਨੂੰ ਇੱਕੋ ਰੇਟ ਦੇ ਦਾਂਗੇ, 5,65,000 ਰੁਪਏ ਦੀ ਗੱਡੀ, ਜਿੱਥੋਂ ਮਰਜ਼ੀ ਟਰਾਈ ਕਰ ਲਿਓ, ਮਾਰਕੀਟ 'ਚ ਕਿੰਨਾ ਮੰਗਦੇ? 6,25,6,5,6,6 ਲੱਖ ਆਪਾਂ ਪਰ ਤੁਹਾਨੂੰ ਕਿੰਨੇ ਦੇਣੇ? 5,65,000 ਰੁਪਏ ਦੀ ਮਾਰਕੀਟ ਨਾਲ, ਤਾਂ ਆਪਾਂ ਜਿੱਥੋਂ ਮਰਜ਼ੀ ਟਰਾਈ ਕਰ ਲਿਓ, ਮਾਰਕੀਟ ਨਾਲੋਂ ਪੂਰੇ ਰੇਟ ਘੈਂਟ ਦੇਵਾਂਗੇ। ਬਾਜ਼ਾਰ ਚੱਲ ਜਿਓ, ਜਿਹੜੇ ਮਰਜ਼ੀ ਬਾਜ਼ਾਰ ਚੱਲ ਜਿਓ, ਫਿਰ ਓਮਕਾਰ ਬਾਜ਼ਾਰ ਆ ਜਿਓ, ਇੰਜਨ ਗੇਅਰ, ਇਹ ਨਹੀਂ ਕਿ ਘੱਟ ਰੇਟ ਹੈ, ਗੱਡੀਆਂ ਵੀ ਵਧੀਆ, ਘੱਟ ਰੇਟ ਵੀ ਹੈ,
ਕੁਆਲਿਟੀ ਵੇਚੀ ਦੀ ਹੈ, ਘੱਟ ਰੇਟ ਤੇ ਗੱਡੀ ਵੇਚੀ ਦੀ ਹੈ। ਤੇ ਗੱਡੀ ਤੁਹਾਨੂੰ ਲੋਨ ਕਿੰਨੇ ਦਾ ਕਰਾ ਦੇਣਾ? 5.25 ਲੱਖ ਦਾ ਲੋਨ ਕਰਾ ਦੇਣਾ। 30,000 ਰੁਪਏ ਲੈ ਕੇ ਆਓ ਤੇ ਗੱਡੀ ਆਪਣੇ ਘਰੇ ਲੈ ਕੇ ਜਾਓ। ਅਗਲੀ ਗੱਡੀ ਟਿਆਗੋ 2019 ਮਾਡਲ ਦੀ ਕਾਰ, 2019 ਮਾਡਲ ਦੀ ਕਾਰ, ਪਹਿਲੇ ਨਾਂ ਦੀ ਕਾਰ, 55,000 ਓਨ ਰਿਕਾਰਡ ਚੱਲੀ ਹੈ। ਗੱਡੀ ਆਪਾਂ ਇੱਕੋ ਰੇਟ ਦੇਵਾਂਗੇ, 3,65,000 ਰੁਪਏ ਦੀ, ਜਿੱਥੇ ਮਰਜ਼ੀ ਟਰਾਈ ਕਰ ਲਿਓ। ਬੰਦੇ ਨਾ 17-17, 16-16 ਮਾਡਲ ਦਾ ਹੀ ਕਿੰਨਾ ਮੰਗੀ ਜਾਂਦੇ ਆ, 4-4 ਲੱਖ ਰੁਪਏ ਮੰਗੀ ਜਾਂਦੇ। ਆਪਾਂ ਤੁਹਾਨੂੰ 19 ਮਾਡਲ 3-65 ਦੀ ਦੇ ਦੇਣੀ ਹੈ। ਜਾਓ ਜਿੱਥੋਂ ਮਰਜ਼ੀ ਘੁੰਮ ਲਓ, ਮੈਂ ਕਹਿੰਦਾ ਜਿੱਥੋਂ ਮਰਜ਼ੀ ਘੁੰਮ ਲਓ। ਲੋਕੀ ਬਹੁਤ ਬੋਲਦੇ ਆ, ਬਹੁਤ ਬੋਲਦੇ, ਟਿਆਗੋ ਲੈ ਜਾਓ, 4 ਲੱਖ ਰੁਪਏ ਦੀ ਟਿਆਗੋ ਲੈ ਜਾਓ, 4 ਲੱਖ। ਮੈਂ 3,65,000 ਰੁਪਏ ਦੀ ਫੁੱਲ ਲੋਨ ਨਾਲ ਗੱਡੀ ਦੇ ਦੇਣੀ ਤੁਹਾਨੂੰ। ਆਹ ਲੈ ਜਾਓ ਰਿਟਸ, ਗੱਡੀ ਤੁਹਾਨੂੰ ਦੇ ਦਾਂਗੇ ਸਿਰਫ 2,20,000 ਰੁਪਏ ਦੀ। ਪਹਿਲੇ ਨਾਂ ਦੀ ਕਾਰ ਹੈ, 13 ਮਾਡਲ ਦੀ ਕਾਰ ਹੈ, 2,20,000 ਰੁਪਏ ਦੀ ਗੱਡੀ ਲੈ ਜਾਓ, 1,80,000 ਦਾ ਲੋਨ ਲੈ ਜਾਓ, 50,000 ਰੁਪਏ ਡਾਊਨ ਪੇਮੈਂਟ ਦਿਓ ਤੇ ਗੱਡੀ ਘਰੇ ਲੈ ਜਾਓ। 20 ਮਾਡਲ ਦੀ ਗੱਡੀ, ਐਸਪ੍ਰੈਸੋ, ਮਿੰਨੀ ਬਰੇਜ਼ਾ ਕਹੀ ਜਾਂਦੀ ਹੈ, ਮਿੰਨੀ ਬਰੇਜ਼ਾ, PB29 ਨੰਬਰ, ਪਹਿਲੇ ਨਾਂ ਦੀ ਕਾਰ। ਗੱਡੀ ਤੁਹਾਨੂੰ ਇੱਕੋ ਰੇਟ ਦੇ ਦਾਂਗੇ, 3,90,000 ਰੁਪਏ ਦੀ ਕਾਰ, 3,90,000 ਰੁਪਏ ਦੀ ਕਾਰ ਦੇ ਦਿਓ। i10 ਗ੍ਰੈਂਡ ਤੇ ਲੋਨ ਕਿੰਨੇ ਦਾ? 3,90,000 ਰੁਪਏ ਦਾ ਚੱਕ ਲਓ, 3,90,000 ਰੁਪਏ ਦੀ ਗੱਡੀ, 3,90,000 ਰੁਪਏ ਦਾ ਲੋਨ, ਜ਼ੀਰੋ ਡਾਊਨ ਪੇਮੈਂਟ ਤੇ ਗੱਡੀ ਲੈ ਜਾਓ। 14 ਮਾਡਲ ਦੀ ਦਸੰਬਰ ਦੀ ਕਾਰ, i10 ਗ੍ਰੈਂਡ, 14 ਮਾਡਲ ਦੀ ਗੱਡੀ, 67,000 ਕਿਲੋਮੀਟਰ ਚੱਲੀ, ਆਸਤਾ ਆਪਸ਼ਨਲ, 3,30,000 ਰੁਪਏ ਦਿਓ ਤੇ 2.5 ਲੱਖ ਰੁਪਏ ਦਾ ਲੋਨ ਕਰਾ ਦਾਂਗੇ, 75,000-80,000 ਰੁਪਏ ਦਿਓ ਤੇ ਗੱਡੀ ਘਰੇ ਲੈ ਕੇ ਜਾਓ ਆਪਣੇ। 13 ਮਾਡਲ ਦੀ ਡਿਜ਼ਾਇਰ, 13 ਮਾਡਲ ਦੀ ਡਿਜ਼ਾਇਰ, 94,000 ਕਿਲੋਮੀਟਰ ਚੱਲੀ, ਗੱਡੀ ਦੇ ਦਾਂਗੇ, 3,45,000 ਰੁਪਏ ਦੀ ਕਾਰ, ਡੀਲ ਜਲਦੀ ਗ੍ਰੈਬ ਕਰ ਲਓ। ਡਿਜ਼ਾਇਰ ਦੀ ਤਾਂ ਡਿਮਾਂਡ ਹੀ ਬਹੁਤ ਆਉਂਦੀ ਹੈ, ਡਿਜ਼ਾਇਰ ਲੈ ਕੇ ਆਓ, ਮੈਨੂੰ ਬਹੁਤ ਡਿਮਾਂਡ ਆ ਰਹੀ। ਯੂਟਿਊਬ ਤੇ ਪਹਿਲੀ ਗੱਲ, ਯੂਟਿਊਬ ਤੇ ਵੀਡੀਓ ਨਹੀਂ ਪਾਈ, ਆਪਣੇ ਵੀਰ ਬਹੁਤ ਨਾਰਾਜ਼ ਸੀਗੇ, ਫੁੱਲ ਵੀਡੀਓ ਲੈ ਕੇ ਆਓ, ਫੁੱਲ, ਥੋੜਾ ਟਾਈਮ ਨਹੀਂ ਲੱਗ ਰਿਹਾ ਸੀਗਾ, ਅੱਜ ਫੁੱਲ ਵੀਡੀਓ ਬਣਾਤੀ ਹੈ। ਤੁਸੀਂ ਬਸ ਸਟੋਕ ਆਣਾ, ਦੇਖਣਾ, ਘਰੇ ਲੈ ਕੇ ਜਾਣਾ, ਕੋਈ ਚਿੰਤਾ ਨਹੀਂ। ਆਲ ਗੱਡੀ ਸੀਲਡ ਹੋਊਗੀ, ਕਿਤੋਂ ਲੱਗੀ ਵੱਜੀ ਨਹੀਂ ਹੋਊਗੀ, ਇੰਜਨ ਗੇਅਰ ਐਕਸੀਡੈਂਟਲ ਦੀ ਗਰੰਟੀ ਹੋਊਗੀ। ਤੇ ਇਹ ਗੱਡੀ 21 ਮਾਡਲ ਦੀ ਕਾਰ, 22 ਚ ਨਿਕਲੀ, VXI ਪਲੱਸ ਡਾਕਟਰ ਦੀ ਗੱਡੀ, ਗੱਡੀ ਚੱਲੀ ਹੈ 19,700, ਮਤਲਬ 19,700 ਹੀ ਚੱਲੀ ਹੋਊਗੀ, ਇੰਜਨ ਗੇਅਰ ਐਕਸੀਡੈਂਟਲ ਮੀਟਰ ਦੀ ਫੁੱਲ ਜ਼ਿੰਮੇਵਾਰੀ ਹੈ। ਤੇ ਗੱਡੀ ਤੁਹਾਨੂੰ ਦੇ ਦਾਂਗੇ, 3,45,000 ਰੁਪਏ ਦੀ ਕਾਰ, 3,25,000 ਰੁਪਏ ਦਾ ਲੋਨ, 25,000 ਦਿਓ ਤੇ ਗੱਡੀ ਆਪਣੇ ਘਰੇ ਲੈ ਕੇ ਜਾਓ। ਸਟੋਕ ਨਜ਼ਰ ਕਰ ਲਓ ਇੱਕ ਵਾਰੀ, ਪੂਰਾ ਘੈਂਟ ਸਟੋਕ ਤੁਰਨਿਆ ਪਿਆ ਸਟੋਕ। ਹੁਣ ਤੁਸੀਂ ਆਉਣ ਦੀ ਬਸ ਤੁਹਾਡੀ ਇੱਕ ਕਮੀ ਹੈ, ਤੁਸੀਂ ਆਉਣਾ ਤੇ ਗੱਡੀ ਲੈ ਕੇ ਜਾਣੀ ਹੈ, ਗੱਡੀਆਂ ਤੁਹਾਡੀ ਵੇਟ ਕਰ ਰਹੀਆਂ। ਜਿਹੜਾ ਲੈ ਗਿਆ ਘੈਂਟ ਘੈਂਟ ਰੇਟ ਤੇ, ਅੱਜ ਘੈਂਟ ਘੈਂਟ ਠੋਕਵੇਂ ਰੇਟ ਦੇ ਤੇ ਗੱਡੀਆਂ ਦੇ।